ਪਾਰੇ ਸੋਨ ਦੇ ਉੱਤੇ ਦੀਆਂ ਗੱਲਾਂ ਹੁੰਦੀਆਂ ਸੀ ਉਦੋਂ ਦੇ ਪਰਨੇ ਉਹਨਾਂ ਦੇ ਥੋੜਾ ਬਾਸੁਦੀ ਤੇ ਅੱਜ ਵੀ ਕੋਈ ਬਾਸੁਦੀ ਤੇ ਤਬਦੀਲੀ ਆਈ ਹੈ ਨਾ ਜੀ ਜਗਵਿੰਦਰ ਮੋਟਾ ਜੀ ਸਾਰ ਵੀ ਦਿਮਾਗ ਭੇਜਿਆ ਹੈ ਗੁਰਬਾਣੀ ਦੇ ਕੱਢ ਲਈ ਕਿ ਬੁੱਕ ਦਾ ਜਿਹਦੇ ਜਿਹੜੇ ਛੇ ਬੁੱਕੇ ਮੇਲੇ ਵਿੱਚ ਜਿੰਦਲੀ ਨੈਣ ਉਤਾਰੇ ਨੇ ਫਤਵਾ ਦੇ ਮੇਲੇ ਵਿੱਚ ਘਾਟਾ ਲੱਗਿਆ ਵਾਲਾ ਜੀ ਨੇ ਇਹ ਉਤਾਰ ਚੁੱਕੀ ਹੈ ਅਗਲੀ ਕਬੱਡੀ ਦੇਖਦੇ ਹਾਂ ਖੇਤ ਮੈਦਾਨ ਵਿੱਚ ਨਾ ਮੰਨ ਕੇ ਕੋਈ ਸੁਖਨਾਮ ਦੀ ਅਗਲੀ ਕੜੀ ਵਿੱਚੋਂ ਸਾਰੇ ਵੀਰਾਂ ਨੂੰ
ਲਾਹੌਰ ਖਾਨ ਦਾ ਮੌਸਮ ਹੈ, ਤੁਸੀਂ ਆਪਣੇ ਆਪ ਨੂੰ ਤਿਆਰ ਰੱਖਣਾ ਹੈ। ਪਰ ਸਾਡੀ ਵੀ ਮਜਬੂਰੀ ਹੈ, ਟੀਮਾਂ ਜਿਹੜੀਆਂ ਬੈਠ ਸਕਦੀਆਂ ਆਰ ਉਹਦੇ ਬਾਰੇ ਵਪਾਰ ਦਾ ਸੁਨਾਮ ਦੀ ਗੱਲ ਹੈ। ਇਸ ਮੈਚ ਦੀ ਜਿਹੜੀ ਜੇਤੂ ਟੀਮ ਹੈ ਉਹ ਹੈ ਜੀ ਸਾਡੇ ਗੁਰਬਾਨ ਦੀ ਟੀਮ ਪੜਾਣਾ ਪਿੰਡ ਜੇਤੂ ਹੈ ਜੀ, ਪੁਰਾਣੀ ਦੀ ਟੀਮ ਇਸ ਮੈਚ ਦੀ ਜੇਤੂ ਹੈ। ਮੈਂ ਰਾਜੇ ਰਾਜੋ ਜੀ ਨਹੀਂ ਬਣਦਾ ਗਾ। ਦੂਜੇ ਪਾਸੇ ਲਾਉਣ ਦੀ ਲੋੜ ਹੀ ਨਹੀਂ ਸੀਗੀ, ਹੋਰ ਇੱਧਰ ਇੱਕ ਪਾਸੇ ਲਾ ਦੇ ਸਾਰੀਆਂ ਸਿੱਧੀਆਂ ਕਰਕੇ ਉੱਧਰ ਪਾਸੇ ਲਾਈਟਾਂ ਬੇਕਾਰ ਲੱਗ ਜਾ ਉੱਧਰ ਪਾਸੇ, ਲੈਟ ਬਹੁਤ ਵਧੀਆ ਬਣ ਜਾਂਦਾ ਹੋਰ ਪਹਿਲਾਂ ਲਾ ਦੇਣਾ ਹੌਲੀ ਹੌਲੀ ਚਿੱਟੀਆਂ ਬਣ ਜਾਣਾ ਜੇ ਜਗਾਂ ਤੋਂ ਲਾ ਦੇਣਾ ਸੀ ਨਾ। ਬੂਟੇ ਬਹਿ ਜਾ ਬੂਟੇ ਪੁਰਾਣਾ ਦੇ ਪਹਾੜਾਂ ਦੇ ਵਿੱਚ ਪੁਰਾਣਾ ਦੇ ਪਹਾੜ
शुरू हो जा रहा है। बेटा नहीं मांगने पर थिवाई साहब
ਸਾਹਮਣੇ ਕਹਿੰਦੇ ਵੀ ਪਿਆਰ ਕੈਨੇਡਾ ਚ ਸਰਬਾਰੀਆ ਪਾਉਂਦਾ।
ਸੁਖਿਆ
ਸਹਿਬ ਨਹੀਂ ਹੈਲੋ ਹੈਲੋ ਕੀ ਕਹਿੰਦਾ ਇਹ ਕੀ ਇਹਨੂੰ ਬਾਹਰ ਲਾ ਲਾ ਤੂੰ ਬਸ ਆਪਦਾ ਬਾਹਰ ਲਾ ਲਾ ਤੂੰ ਬਾ ਮੈਂ ਆਉਣਾ ਕੋਈ ਲੱਤ ਕੋਈ ਲਾਜ ਨਾ ਲਾਉਣਾ ਫੋਨ ਮੈਂ ਲਾਉਣਾ ਤਾਂ ਮੈਂ ਸਾਹਿਬ ਬੇਨਤੀ ਹੈ ਕਿ ਨੌਜਵਾਨਾਂ ਕਰਦੇ ਨੇ ਗਰਾਊਂਡ ਵਿੱਚ
ਪੁੱਜੋ ਜੇਤੂ ਰੱਖੇ ਅਗਲੀਆਂ ਵੀ ਟਾਈਆਂ ਜੋਰਾ ਜੀ ਆਪਣੇ ਦੇ ਚੀਮਾ ਸਾਹਿਬ ਜੀ ਰਜਿੰਦਰ ਚੀਮਾ ਜੀ ਅਗਲੀਆਂ ਟਾਈਆਂ ਖੜ ਦਿੱਤੀਆਂ ਜਾਣ ਬਹੁਤ ਮਿਹਰਬਾਨੀ ਹੈ ਜੇਤੂ ਰੱਖ ਕਿਉਂਕਿ ਆਸਮ ਫਿਰ ਦਾ ਥੋੜਾ ਕਰੋ ਜਾਇਓ ਭਾਈ ਤਿੰਨਾ ਟੀਮਾਂ ਦਾ ਇੱਕ ਇੱਕ ਪਲੇਅਰ ਆ ਜਾਏ ਇੱਕ ਨੂੰ ਮਾਈ ਬੈਠੀ ਇੱਥੇ ਮੈਨੂੰ ਰਾਜ ਬਾਅਦ ਚ ਰੱਖ ਲਿਓ ਤਿੰਨਾ ਟੀਮਾਂ ਦਾ ਇੱਕ ਪਲੇਅਰ ਆ ਜਾਏ ਇੱਥੇ ਇੱਕ ਸਹੀ ਲਓ ਹੈਲੋ
ਅਗਲੀ ਕਮੇਟੀ ਕੋਲ ਕਰੀ ਦੇਖਾਂਗੇ ਕਿ ਉਹ ਕੌਣ ਹੈ ਉਹ ਪਿੱਛੇ ਬੁੱਢਾ ਸਾਹਮਣੇ ਉਸੇ ਕੋਲ ਦੇ ਤੇਲ ਵਾਲਾ ਰਾਈਵਰ ਖਾ ਦਿਆ ਹੋਇਆ ਕਮੇਟੀ ਕੋਲ ਦੇ ਲਈ ਚਾਰ ਜਾਸੀ ਇੱਕ ਪਾਸੇ ਕਹਿੰਦੇ ਨੇ ਪਹਾੜਾ ਬਹੁਦਰ ਦੀ ਧਰਤੀ ਦਾ ਤੇ ਦੂਜੇ ਪਾਸੇ ਬੇਂਦਰ ਕਹਿੰਦੇ ਨੇ ਕਿ ਜਿਹੜੀ 2 ਤਰੀਕ ਹੈ ਉਹ ਬੇਂਦਰ ਦੇ ਵਿਆਹ ਦੀ ਤਰੀਕ ਸੀ ਮੁਬਾਰਕਬਾਦ ਵੀ ਦਿੰਦੇ ਆ ਸੋ ਇਸ਼ਾਰਾ ਹੈ ਕਿ ਪਰਮਾਤਮਾ ਲੰਬੀ ਹੋਣਾ ਬਖਸ਼ੇ ਕਿ 2 ਤਰੀਕ ਤੋਂ ਬੇਂਦਰ ਦੀ ਵਿਆਹ ਦੀ ਤਰੀਕ ਸੀ ਇੱਕ ਤਰੀਕ ਜਿਹੜੇ ਵਾਲੀ ਖੁਸ਼ੀ ਦੇ ਯਾਦ ਤਰੀਕ ਸੀ ਤੇ 17 ਤਰੀਕ ਕਹਿੰਦੇ ਵੀ ਫਰਦੀ ਪੀਏ ਗੋਪੀ ਦੀ ਮਹਿਲ ਤੋਂ ਲੈਣੀ ਹੈ ਆਹ
ਬੇਨਤੀ ਹੈ ਦਰਵਾਜ਼ੇ ਨਾਲ ਆਪਣੇ ਜੀ ਫਿਰ ਬਰਾਤ ਨੂੰ ਅੰਦਰ ਲੈ ਜਾਈਏ ਟੀਮਾਂ ਨੇ ਬਾਤ ਫਿਰ ਲਾ ਦੀ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਫਿਰ ਸ੍ਰੀ ਜੀ ਧਾਰੀਵਾਲ ਸਾਹਿਬ ਦੇ ਨਾਲ 75,000 ਦਾ ਅਗਲੇ ਸਾਲ ਦਾ ਪਲਾਨ ਹੈ 500 ਰੁਪਏ ਦਿੱਤਾ ਪੂਰਾ ਤੋਂ ਖੁਸ਼ ਹੋ ਕੇ ਬਹੁਤ ਬੜਾ ਧੰਨਵਾਦ ਹੈ ਔਰ ਮੈਂ ਦਾਦੇ ਵਾਸਤੇ ਉਹਦੇ ਤੋਂ ਵੀ ਖਾਤਾ ਪ੍ਰਧਾਨ ਜੀ ਦੇ ਹੋਏ ਹੈ ਜਿਹਨਾਂ ਦੀ ਟੀਮ ਦੇ ਖਿਡਾਰੀ ਖੇਡ ਰਹੇ ਸਤ ਬਾਬਾ ਕੇ ਸੁਰੀ ਬੜੀ ਕਾ ਰਜੀ ਵਾਲਾ ਨਾਮ ਜੋ ਰਜੀ ਵਾਲਾ ਜੀ ਇਹਨਾਂ ਦੀ ਸਪਾਸ਼ੀ ਗੋਲੀ ਮੈਂ ਬਾਹਰ ਦੇ ਪਾ ਲਈ ਸੀ ਔਰ ਪੁਆਇੰਟ ਜਿਹੜਾ ਰੇਟਰ ਦੇ ਹਿੱਸੇ ਆ ਧਾਵੀ ਦੇ
ਕਿਸੇ ਪੁਆਇੰਟ ਵਾਧਾ ਹੁੰਦਾ ਉਹਦੇ ਬਾਰੇ ਵੀ ਕੀਮਤਾ ਹੈ ਸੀਗਾ ਜੀ ਲੋਹਾਰਾ ਦੇ ਨਾਲ ਭਗਵਾਨ ਜੀ ਕਹਿੰਦੇ ਜਿੰਨੇ ਬਲਜੀਤ ਜੀ ਦੇ ਅੱਪੇ ਲਾਉਂਦਾ ਹੈ ਨਾਲ ਸਾਡੇ ਮੇਜਰ ਸਿੰਘ ਜੀ ਧਾਲੀਵਾਲ ਸਾਹਿਬ ਕਹਿੰਦੇ ਜੀ ਫਸਟ ਜਿਹੜਾ ਪ੍ਰਾਈਜ਼ ਆਉਂਦੇ ਸਾਲ 75,000 ਰੁਪਏ ਨੂੰ ਦਿੱਤਾ ਜਾਣਾ ਹੈ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਜਾਂ ਦੂਸਰੇ ਬੰਨੇ ਕਹਿੰਦੇ ਵੀ ਸ਼ਹਿਰ ਤੋਂ ਪਿੰਡ ਦੇ ਕਾਲੂ ਦੀ ਪਾਈ ਹੋਈ ਵੱਡੀ ਇੱਕ ਬੰਨੇ ਸਤਨਾਮ ਹੈ ਬਾਘਾ ਜੋ ਦਾ ਲੱਕ ਫੜਿਆ ਜੱਫਾ ਪਾ ਕਰਦਾ ਲੱਗਣਾ ਜੋ ਪਰਵਾਰ ਕਬੱਡੀ ਮਹਾਨ ਨਹੀਂ ਰਿਸ਼ਤਾ ਨਾ ਜੋਦਾ ਤੇ ਪੁਆਇੰਟ ਸ਼ਹਿਦੋ ਦੀ ਕੀਮਤ ਹਿੱਸੇ ਹੈ ਔਰ ਵਾਕਈ ਕਹਿੰਦੇ ਟਰਾਂਟੋ ਦੇ ਵਿੱਚ ਰਹਿੰਦਾ ਸੈਦੋ ਦੇ ਪਿੰਡ ਦਾ ਬਲਜੀਤ ਪੱਕੇ ਤੌਰ ਤੇ ਪਹਿਲਾਂ ਘੋੜੀਆਂ ਵੀ ਰੱਖੇ ਬੜੇ ਪਾਉਂਦੇ ਆ ਔਰ ਉਹਦੇ ਬੰਦੇ ਸ਼ੀਰਾ ਲੋਹਾਰਾ ਜੀ ਕਹਿੰਦੇ ਆ ਜਿਵੇਂ 9 ਤੇ 10 ਤੇ 11 ਤੇ 12 ਤਰੀਕ ਲੋਹਾਰੇ ਦੀ ਕਬੱਡੀ ਜੰਮਦੀ ਹੈ ਉੱਥੇ ਸੈਦੋ ਦੇ ਬਲਜੀਤ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਜਾਵੇਗਾ ਜੀ ਉਹ ਦੇਖਾਂਗੇ ਵੀ ਉਹ ਕਲੀਅਰ ਕੀਤਾ ਜਾਵੇਗਾ ਵੀ ਕੀ ਦਿੱਤਾ ਜਾਵੇਗਾ ਬਲਜੀਤ ਨੂੰ ਆਵੇਗਾ ਜਾਂਦਾ ਗੱਡੀਆਂ ਦੇ ਮਾਨ ਸਨਮਾਨ ਗੋਲਡ ਵੀ ਮਿਲਦੇ ਆਹ ਸਾਹਮਣੇ ਪ੍ਰਵਾਸੀ ਵੀਰ ਯਾਰੋ ਬਾਏ ਖੁੱਲੇ ਨੇ ਵੀ ਦਿਲਦੇ ਆਹ ਸਾਹਮਣੇ ਦੇਖਦੇ ਪ੍ਰਵਾਸੀ ਵੀਰ ਯਾਰੋ ਕਹਿੰਦੇ ਬਾਏ ਖੁੱਲੇ ਨੇ ਦਿਲਦੇ ਆਹ ਸਾਹਮਣੇ ਮਿਲਦੇ ਆ ਗੱਡੀਆਂ ਤੇ ਮਿਲਦੇ ਗੋਲਡ ਅੱਜ ਕਹਿੰਦੇ ਵੀ ਉਹ ਸੁਰਖੀਆਂ ਦੀ ਗੱਲ ਹੋਣੀ ਹੈ ਤੇ ਦੂਸਰੇ ਨੰਬਰ ਦੀ ਕਬੱਡੀ ਹੈ ਬੇਨਤੀ ਹੈ ਭਾਗਪੁਰ ਗਗੜੇ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਭਾਗਪੁਰ ਗਗੜਾ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ ਜਿਹੜੀ ਟੀਮ ਇਸ ਮੈਚ ਵਿੱਚ ਜਿੱਤਦੀ ਹੈ ਸ਼ੀਰਾ ਜੀ ਬਲਜੀਤ ਦੀ ਕਾਡੀ ਤੋਂ ਖੁਸ਼ ਹੈ ਔਰ ਐਲਾਨ ਕਰਦੇ ਨੇ ਲਹਾਰ ਦੇ ਕਬੱਡੀ ਕੱਪ ਦੇ ਉੱਪਰ ਬਾਗ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਦਾਲੇ ਵਾਲੀਆ ਕਾਲੂ ਦਾ ਕੱਦ ਵੀ ਉੱਡਾ ਹੈ ਤੇਰਾ ਕੱਦ ਵੀ ਕੋਟਾ ਹੈ ਜੇ ਮਾਨਾਜ ਵੱਲ ਫੜ ਜੱਕਣ ਦੀ ਕੋਸ਼ਿਸ਼ ਕਰੇ ਤੇ ਤਾੜੀਆਂ ਬਹੁਤ ਵੱਜਣੀਆਂ ਹੈ ਫਿਰ ਮੈਦਾਨ ਦੇ ਵਿੱਚ ਲਓ ਸਾਹਮਣੇ ਦੇਖਦੇ ਆ ਨਾਲ ਹੀ ਸਾਡੇ ਗੱਬਰ ਜੀਤ ਸਿੰਘ ਜੀ ਗੱਬਰ ਸਾਊਂਡ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਨੇ ਵੀ ਕਹਿੰਦੇ ਆਪਣੇ ਮਾਨ ਸਨਮਾਨ ਲੈਣੇ ਆਪਾਂ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਉੱਪਰ ਨਹੀਂ ਲੱਗਦੀ ਇਸ ਤਰ੍ਹਾਂ ਫਲ ਬਖਸ਼ੇ ਉੱਪਰ ਨਹੀਂ ਲੱਗਦੀ ਲੈ ਕਬੱਡੀ ਤਾਰ ਛੋਟੀ ਆ ਖੇਡ ਮੈਦਾਨ ਦੇ ਵਿੱਚ ਛੱਡ ਕੇ ਲੈ ਲਓ ਇਹਦਾ ਨਾਮ ਕਹਿੰਦੇ ਵੀ ਸੁਖਵਿੰਦਰ ਸਿੰਘ ਸਾਡੇ ਨਾਲ ਲਓ ਇੱਕ ਹਰਗੰਦਰ ਸਿੰਘ ਕਾਲੂ ਪੂਰੀ ਆ ਪਰ ਇਹਦਾ ਨਾਮ ਸੁਖਵਿੰਦਰ ਸਿੰਘ ਓਏ ਛੋਟੇ ਓਏ ਸੈਤੋ ਹੈ ਆਪਣੀ ਛੋਟੀ ਤਾਰ ਲੈ ਕੇ ਆ ਜਾ ਭਾਜੀ ਕਾਲੂ ਸੈਤੋ ਦੀ ਧਰਤੀ ਆ ਕਬੱਡੀ ਪਾਉਣ ਦੇ ਵੀ ਫਾਇਦਾ ਹੋ ਗਿਆ ਉਹ ਲਾਸਾਂ ਨਗਾ ਨਾ ਲਾਉਣੀ ਆ ਫੁੱਟ ਦੇ ਕਰੀਬ ਹੈ ਲਓ ਪਾਈ ਹੋਈ ਕਬੱਡੀ ਇਸ ਨੂੰ ਆਈਵਾਰ ਖਿਡਾਰੀ ਵੀ ਔਰ ਦੂਜੇ ਪਾਸੇ ਸਾਹਾ ਕੌਮੇ ਵਾਲੀਆ ਪਿੰਡ ਦਾ ਜਿਹੜੇ ਕਹਿੰਦੇ ਨੇ ਇੱਕੋ ਜੇ ਚੱਤ ਹੈ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ ਔਰ ਇਹ ਚੱਤ ਹੈ ਸ਼ੀਰਾ ਲਹਾਰਾ ਜੀ ਪਰ ਮੰਨ ਕੇ ਦਾਲੇ ਵਾਲੀਆ ਪਾਵੇ ਜਫਾ ਨਹੀਂ ਲੱਗਾ ਪਰ ਜਾਨ ਗਿੱਲੀ ਆ ਮੁੰਡੇ ਨੇ ਤੇ ਇਸ ਮੈਚ ਦੀ ਜਿਹੜੀ ਜੇਤੂ ਟੀਮ ਹੈ ਦੱਸ ਦਿੱਤਾ ਜਾਵੇਗੀ ਸੈਟੋਕਿਆਂ ਦੀ ਟੀਮ ਇਸ ਮੈਚ ਨੂੰ ਵਿਨ ਕਰ ਚੁੱਕੀ ਹੈ ਜਿੱਤ ਚੁੱਕੀ ਹੈ ਸੈਟੋਕਿਆਂ ਦੀ ਟੀਮ ਮੈਚ ਭਗਵਾਨ ਭਾਗਪੁਰ ਗੰਗੜੇ ਦੀ ਟੀਮ ਨਾਲ ਜੀ ਸੈਟੋ ਦੀ ਟੀਮ ਜਿੱਤ ਚੁੱਕੀ ਹੈ ਤੇ ਰੀਲੇ 2-3 ਮਿੰਟ ਦੇਵਾਂਗੇ ਸਿਰਫ ਇਹਨਾਂ ਸਮਾਂ ਹੈ ਅਰਦਾਸ ਬੇਨਤੀ ਕਰੋ ਫਿਰ ਗਰਾਊਂਡ ਦੇ ਵਿੱਚ ਆਇਓ ਉਹਨਾਂ ਚਿਰ ਆਸ਼ਟਵਾਦੀ ਜੇ ਤੁਸੀਂ ਚਲਾਉਣੀ ਕੋਈ ਚਲਾ ਸਕਦੇ ਹੋ ਜਾਂ ਫਾਈਨਲ ਤੋਂ ਪਹਿਲਾਂ ਮੇਰੇ ਵੀਰਾਂ ਨੇ ਕਿਹਾ ਭਾਗਪੁਰ ਗੰਗੜੇ ਦੀ ਟੀਮ ਦੀ ਭਾਗਪੁਰ ਗੰਗੜਾ ਧੰਨਵਾਦ ਹੈ ਜੀ ਉਹਨਾਂ ਦਾ
Play, huh?
ਜਗਰਾਸ ਦੀ
500 ਰੁਪਏ ਦੇ ਦੇ ਜੀ ਗੱਲ ਦੇ ਨੂੰ ਕਿਰਪਾ ਕਰਕੇ ਪੈਸੇ ਦੇ ਜੀ ਖਿਡਾਰੀਆਂ ਦੇ ਦੇ ਸਾਨੂੰ ਵੀ ਬਹੁਤ ਮਿਹਰਬਾਨੀਆਂ ਨੇ ਆਰ ਉਧਰਲੇ ਬੰਨੇ ਕਬੱਡੀ ਜਿਹੜੀ ਮੈਂ ਮੇਰੇ ਵੀਰ ਨੀ ਇੱਕ ਬੰਨੇ ਨੀਲਾ ਸਾਦੋ ਦੀ ਧਰਤੀ ਦਾ ਕਬੱਡੀ ਪਾਦਾ ਹੋਇਆ ਆਕਾਸ਼ ਦਾ ਵੀ ਰੰਗ ਯਾਰੋ ਹੈਗਾ ਵੀ ਉਹ ਨੀਲਾ ਦੁਨੀਆ ਨੂੰ ਸਾਹਮਣੇ ਵੀ ਬੈਠੀ ਬੈਠੀ ਯਾਰੋ ਕੀਲਾ ਇੱਕ ਬੰਨੇ ਕੀਲਾ ਦਾ ਦੁਨੀਆ ਦਾ ਦੂਸਰੇ ਬੰਨੇ ਕੰਮ ਹੈ ਨਹੀਂ ਸਾਡਾ ਜੋ ਦਾ ਢਾਬ ਇੱਕ ਤੇ ਬੈਠਾ ਹੈ ਕਿ ਸਾਰੀ ਭੋਈ ਦੇ ਕੋਈ ਖਾਲੀ ਹੈ ਬੱਕੀ ਖੈਨ ਦੇ ਕੋਈ ਖਾਲੀ ਹੈ ਹੁਣ ਮੱਖੀਆਂ ਫਟਾਵਾ ਦੇ ਨਾਲੇ ਤੇਲ ਪੱਟਾ ਜੁੜਾ ਦੇ ਅਸਾਂ ਜਵਾਨੀ ਬੋਲੀ ਦਾ ਔਰ ਵੇਖ ਰੱਖ ਕੇ ਰਾਜਾਂ ਦੀਆਂ ਕਬਰ ਲੋਟੀ ਦਾ ਉਹਦੇ ਬੰਦੇ ਨੇ ਮੁੰਡਰ ਕੀ ਮਾਜੀ ਬਾਤ ਬੰਦੇ ਮਾਰ ਭੇਜਦੇ ਨੇ ਜੋਗੇ ਵਾਲੀਆਂ ਗੱਲ ਨੇ ਕਿੰਨੀ ਵੱਡੀ ਮਾਜੀ ਦੀ ਮਨਜੀਤ 500 ਹੈ ਮਨਜੀਤ 500 ਹੈ ਇੱਕ ਬੰਦੇ ਨੱਠੂ ਵਾਹਿਗੁਰੂ ਦੀ ਮਿਹਰ ਹੈ ਵਾਹਿਗੁਰੂ ਦੀ ਮਿਹਰ ਹੈ ਪਿੱਛੇ ਆਉਂਦੇ ਜੀ ਪਿੱਛੇ ਆਉਂਦੇ ਵੇਖੋ ਉਹਦੇ ਬੰਦੇ ਜੋਗੇ ਵਾਲੀਆਂ ਗੱਲ ਨੇ ਕਰੋ ਕਹਿੰਦੇ ਵੀ ਗੱਲ ਵਾਲੀ ਗੱਲ ਕੀਤੀ ਧੱਕੇ ਮਾਰ ਨੌਜਵਾਨ ਬਾਹਰ ਕਰੂਗਾ ਥੋੜੀ 60 ਵੱਜੀ ਹੈ ਮੇਰੇ ਵੀਰ ਤੇ ਸਭ ਸੱਟ ਲੱਗੀ ਹੈ ਕਿ ਸੁਖ ਸ਼ਾਂਤੀ ਦੀ ਝੱਲੀ ਗਈ ਪੱਖੀ ਮਾਲਕਾ ਦੇਗਾ ਫੇਰ ਵੀ ਕਬੱਡੀ ਉੱਤੇ ਰੱਖੀ ਮਾਲਕਾ ਦੇਗਾ ਫੇਰ ਵੀ ਕਬੱਡੀ ਉੱਤੇ ਰੱਖੀ ਮਾਲਕਾ ਵੀ ਨੌਜਵਾਨ ਖੋਸਾ ਨੇ ਪਿੰਡ ਵਾਲਾ ਪੀਤਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਕਬਰੂ ਪੁੱਤ ਨੇ ਵਾਲਾ ਸ਼ੀਰੀਏ ਤੇ ਲੱਗਦਾ ਕੋਈ ਨੀ ਕਿਸੇ ਤੋਂ ਘੱਟ ਲੋਕੋ ਕਿਸੇ ਨੇ ਡੌਲੇ ਦੇ ਸ਼ੇਰ ਖੁਦਵਾ ਲਿਆ ਏ ਕਿਸੇ ਨੇ ਪੱਟ ਦੇ ਪਵਾਇਆ ਸੱਪ ਲੋਕੋ ਧਾਵੀ ਕਹਿੰਦੇ ਆ ਕਿ ਮੱਖੀ ਨੇ ਬਹਿਣ ਦੇਣੀ ਤੇ ਜਾਫੀ ਆ ਕੇ ਸਾਨੂੰ ਨਫਰਾਇਓ ਬਾਅਦ ਮਿਹਰਬਾਨੀਆਂ ਦੀ ਇੱਕ ਬੰਦੇ ਬਲਜੀਤ ਦੂਸਰੇ